ਵੀ 16 ਦੇ ਕਰੀਬ ਜਿਹੜੀਆਂ ਜਾਅਲੀ ਆਈਡੀਆਂ ਬਣਾ ਕੇ ਲੋਕਾਂ ਨਾਲ ਧੋਖਾਧੜੀ ਅਤੇ ਭੜਕਾਊ ਭਾਸ਼ਣ ਦਿੱਤੇ ਜਾ ਰਹੇ ਸੀ। ਜਿਹੜੀਆਂ ਜਾਅਲੀ ਆਈਡੀਆਂ ਤਿਆਰ ਕਰਵਾਈਆਂ ਗਈਆਂ ਸੀਗੀਆਂ ਨਾ, ਉਹਨਾਂ ਰਾਹੀਂ ਬੰਦੇ ਅਤੇ ਮਤਲਬ ਉਹਨਾਂ ਦੇ ਹਰ ਪੱਖ ਤੋਂ ਉਹਨਾਂ ਦੀ ਬੇਇੱਜ਼ਤੀ ਕੀਤੀ ਜਾ ਰਹੀ ਸੀ। ਸਮਰਾਲੇ ਦਾ ਚਾਚਾ ਟਰੈਕਟਰ, ਚਾਚਾ ਬੱਖੀ ਪਾੜ, ਬਾਬਾ ਬੁਕਤੌਰਾ ਵਗੈਰਾ ਇਹੋ ਜਿਹੀਆਂ ਆਈਡੀਆਂ ਚੱਲਦੀਆਂ ਨੇ। ਇੱਕ ਦਰਖਾਸਤ ਆਈ ਸੀ, ਇਹਦੀ ਵੈਰੀਫਿਕੇਸ਼ਨ ਕਰਾਈ ਗਈ ਸਾਈਬਰ ਕ੍ਰਾਈਮ ਤੋਂ। ਸਾਈਬਰ ਕ੍ਰਾਈਮ ਤੋਂ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਪਤਾ ਲੱਗਿਆ ਵੀ 16 ਦੇ ਕਰੀਬ ਜਿਹੜੀਆਂ ਜਾਅਲੀ ਆਈਡੀਆਂ ਬਣਾ ਕੇ ਲੋਕਾਂ ਨਾਲ ਧੋਖਾਧੜੀ ਅਤੇ ਭੜਕਾਊ ਭਾਸ਼ਣ ਦਿੱਤੇ ਜਾ ਰਹੇ ਸੀ। ਸਰ, ਜਿਹੜੀਆਂ 16 ਆਈਡੀਆਂ, ਇਹ ਕਿਹਦੇ ਵੱਲੋਂ, ਕਿਸੇ ਦੀ ਸ਼ਾਨ ਦੇ ਖਿਲਾਫ ਕਹੀਆਂ ਜਾ ਰਹੀਆਂ ਸੀ ਜਾਂ ਫਿਰ ਇਹ 'ਚ ਕੋਈ ਗਲਤ ਟਿੱਪਣੀਆਂ ਕੀਤੀਆਂ ਜਾ ਰਹੀਆਂ ਸੀ ਕਿਸੇ? ਇਸ ਵਿੱਚ ਗਲਤ ਟਿੱਪਣੀਆਂ ਵੀ ਸੀ, ਸ਼ਾਨ ਦੇ ਖਿਲਾਫ ਵੀ ਸੀ। ਵੱਖ ਵੱਖ ਜਿਹੜੀਆਂ ਜਾਅਲੀ ਆਈਡੀਆਂ ਤਿਆਰ ਕਰਵਾਈਆਂ ਗਈਆਂ ਸੀਗੀਆਂ ਨਾ, ਉਹਨਾਂ ਰਾਹੀਂ ਬੰਦੇ ਅਤੇ ਮਤਲਬ ਉਹਨਾਂ ਦੇ ਹਰ ਪੱਖ ਤੋਂ ਉਹਨਾਂ ਦੀ ਬੇਇੱਜ਼ਤੀ ਕੀਤੀ ਜਾ ਰਹੀ ਸੀ। ਇਹ ਜਿਹੜੀਆਂ ਆਈਡੀਆਂ ਨੇ, ਪਤਾ ਲੱਗ ਗਿਆ ਵੀ ਕਿਹੜੇ ਏਰੀਏ ਦੀਆਂ ਨੇ? ਇਹ ਮਾਛੀਵਾੜਾ ਅਤੇ ਸਮਰਾਲਾ ਇਲਾਕੇ ਦੀਆਂ ਨੇ। 16 ਦੀਆਂ 16 ਹੁਣ ਇਹ ਐੱਫ ਆਈ ਆਰ ਇਹਨਾਂ 'ਤੇ ਹੋ ਗਈ ਹੈ ਜੀ? ਹਾਂਜੀ, ਇਹਨਾਂ 'ਤੇ ਐੱਫ ਆਈ ਆਰ ਹੋ ਗਈ ਅਤੇ ਜਲਦੀ ਹੀ ਇਹ ਬੰਦੇ ਜਿਹੜੇ ਨੇ ਰਾਊਂਡ ਅਪ ਕੀਤੇ ਜਾਣਗੇ। ਨਹੀਂ, ਫਰੋਡ ਦਾ ਨਹੀਂ ਹੈਗਾ ਇਹਦੇ ਵਿੱਚ ਮਾਮਲਾ, ਸਿਰਫ ਇਹੀ ਹੈ ਵੀ ਇਹ ਭੜਕਾਊ ਭਾਸ਼ਣ ਦਿੰਦੇ ਨੇ ਅਤੇ ਇੱਕ ਦੂਜੇ ਦੇ ਖਿਲਾਫ ਟਿੱਪਣੀਆਂ ਕਰਦੇ ਨੇ, ਘਰ ਵੱਖ ਵੱਖ ਆਈਡੀਆਂ ਬਣਾ ਕੇ ਕਰਦੇ ਨੇ ਤਾਂ ਕਿ ਪਛਾਣ ਨਾ ਆ ਸਕੇ। 16 ਆਈਡੀਆਂ ਨੇ, ਉਹਨਾਂ ਦੇ ਵਿੱਚ ਜਿਵੇਂ ਕਿ ਇਹ ਕੋਈ ਸਮਰਾਲੇ ਦੇ ਬੰਦੇ ਵੱਲੋਂ ਦਰਖਾਸਤ ਦਿੱਤੀ ਗਈ ਸੀਗੀ, ਸਾਈਬਰ ਕ੍ਰਾਈਮ ਨੂੰ ਹੀ ਮਾਰ ਕੋ ਕੇ ਉਹਨਾਂ ਵੱਲੋਂ ਉਹੀ ਇਹ ਚੀਜ਼ ਨੂੰ ਡਿਟੈਕਟ ਕਰਨ ਤੋਂ ਬਾਅਦ ਇਹ ਪਰਚਾ ਦਰਜ ਹੋਇਆ। ਵੀ 16 ਦੇ ਕਰੀਬ ਜਿਹੜੀਆਂ ਜਾਅਲੀ ਆਈਡੀਆਂ ਬਣਾ ਕੇ ਲੋਕਾਂ ਨਾਲ ਧੋਖਾਧੜੀ ਅਤੇ ਭੜਕਾਊ ਭਾਸ਼ਣ ਦਿੱਤੇ ਜਾ ਰਹੇ ਸੀ। ਜਿਹੜੀਆਂ ਜਾਅਲੀ ਆਈਡੀਆਂ ਤਿਆਰ ਕਰਵਾਈਆਂ ਗਈਆਂ ਸੀਗੀਆਂ ਨਾ, ਉਹਨਾਂ ਰਾਹੀਂ ਬੰਦੇ ਅਤੇ ਮਤਲਬ ਉਹਨਾਂ ਦੇ ਹਰ ਪੱਖ ਤੋਂ ਉਹਨਾਂ ਦੀ ਬੇਇੱਜ਼ਤੀ ਕੀਤੀ ਜਾ ਰਹੀ ਸੀ। ਸਮਰਾਲੇ ਦਾ ਚਾਚਾ ਟਰੈਕਟਰ, ਚਾਚਾ ਬੱਖੀ ਪਾੜ, ਬਾਬਾ ਬੁਕਤੌਰਾ ਵਗੈਰਾ ਇਹੋ ਜਿਹੀਆਂ ਆਈਡੀਆਂ ਚੱਲਦੀਆਂ ਨੇ। ਇੱਕ ਦਰਖਾਸਤ ਆਈ ਸੀ, ਇਹਦੀ ਵੈਰੀਫਿਕੇਸ਼ਨ ਕਰਾਈ ਗਈ ਸਾਈਬਰ ਕ੍ਰਾਈਮ ਤੋਂ। ਸਾਈਬਰ ਕ੍ਰਾਈਮ ਤੋਂ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਪਤਾ ਲੱਗਿਆ ਵੀ 16 ਦੇ ਕਰੀਬ ਜਿਹੜੀਆਂ ਜਾਅਲੀ ਆਈਡੀਆਂ ਬਣਾ ਕੇ ਲੋਕਾਂ ਨਾਲ ਧੋਖਾਧੜੀ ਅਤੇ ਭੜਕਾਊ ਭਾਸ਼ਣ ਦਿੱਤੇ ਜਾ ਰਹੇ ਸੀ। ਸਰ, ਜਿਹੜੀਆਂ 16 ਆਈਡੀਆਂ, ਇਹ ਕਿਹਦੇ ਵੱਲੋਂ, ਕਿਸੇ ਦੀ ਸ਼ਾਨ ਦੇ ਖਿਲਾਫ ਕਹੀਆਂ ਜਾ ਰਹੀਆਂ ਸੀ ਜਾਂ ਫਿਰ ਇਹ 'ਚ ਕੋਈ ਗਲਤ ਟਿੱਪਣੀਆਂ ਕੀਤੀਆਂ ਜਾ ਰਹੀਆਂ ਸੀ ਕਿਸੇ? ਇਸ ਵਿੱਚ ਗਲਤ ਟਿੱਪਣੀਆਂ ਵੀ ਸੀ, ਸ਼ਾਨ ਦੇ ਖਿਲਾਫ ਵੀ ਸੀ। ਵੱਖ ਵੱਖ ਜਿਹੜੀਆਂ ਜਾਅਲੀ ਆਈਡੀਆਂ ਤਿਆਰ ਕਰਵਾਈਆਂ ਗਈਆਂ ਸੀਗੀਆਂ ਨਾ, ਉਹਨਾਂ ਰਾਹੀਂ ਬੰਦੇ ਅਤੇ ਮਤਲਬ ਉਹਨਾਂ ਦੇ ਹਰ ਪੱਖ ਤੋਂ ਉਹਨਾਂ ਦੀ ਬੇਇੱਜ਼ਤੀ ਕੀਤੀ ਜਾ ਰਹੀ ਸੀ। ਇਹ ਜਿਹੜੀਆਂ ਆਈਡੀਆਂ ਨੇ, ਪਤਾ ਲੱਗ ਗਿਆ ਵੀ ਕਿਹੜੇ ਏਰੀਏ ਦੀਆਂ ਨੇ? ਇਹ ਮਾਛੀਵਾੜਾ ਅਤੇ ਸਮਰਾਲਾ ਇਲਾਕੇ ਦੀਆਂ ਨੇ। 16 ਦੀਆਂ 16 ਹੁਣ ਇਹ ਐੱਫ ਆਈ ਆਰ ਇਹਨਾਂ 'ਤੇ ਹੋ ਗਈ ਹੈ ਜੀ? ਹਾਂਜੀ, ਇਹਨਾਂ 'ਤੇ ਐੱਫ ਆਈ ਆਰ ਹੋ ਗਈ ਅਤੇ ਜਲਦੀ ਹੀ ਇਹ ਬੰਦੇ ਜਿਹੜੇ ਨੇ ਰਾਊਂਡ ਅਪ ਕੀਤੇ ਜਾਣਗੇ। ਨਹੀਂ, ਫਰੋਡ ਦਾ ਨਹੀਂ ਹੈਗਾ ਇਹਦੇ ਵਿੱਚ ਮਾਮਲਾ, ਸਿਰਫ ਇਹੀ ਹੈ ਵੀ ਇਹ ਭੜਕਾਊ ਭਾਸ਼ਣ ਦਿੰਦੇ ਨੇ
ਅਤੇ ਇੱਕ ਦੂਜੇ ਦੇ ਖਿਲਾਫ ਟਿੱਪਣੀਆਂ ਕਰਦੇ ਨੇ, ਘਰ ਵੱਖ ਵੱਖ ਆਈਡੀਆਂ ਬਣਾ ਕੇ ਕਰਦੇ ਨੇ ਤਾਂ ਕਿ ਪਛਾਣ ਨਾ ਹੋ ਸਕੇ। ਇਹ 16 ਆਈਡੀਆਂ ਨੇ, ਉਹਨਾਂ ਦੇ ਵਿੱਚ ਜਿਵੇਂ ਕਿ ਇਹ ਕੋਈ ਸਮਰਾਲੇ ਦੇ ਬੰਦੇ ਵੱਲੋਂ ਦਰਖਾਸਤ ਦਿੱਤੀ ਗਈ ਸੀਗੀ ਸਾਈਬਰ ਕ੍ਰਾਈਮ ਨੂੰ ਹੀ ਮਾਰ ਕੋ ਕੇ, ਉਹਨਾਂ ਵੱਲੋਂ ਉਹੀ ਇਹ ਚੀਜ਼ ਨੂੰ ਡਿਟੈਕਟ ਕਰਨ ਤੋਂ ਬਾਅਦ ਇਹ ਪਰਚਾ ਦਰਜ ਹੋਇਆ।